ਵਾਹਿਗੁਰੂ ਜੀ ਦਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਦੀ ਫਤਿਹ। ਖਾਲਸਾ ਜੀ, ਇੱਕ ਜ਼ਰੂਰੀ ਬੇਨਤੀ ਹੈ ਜੋ ਤੁਹਾਡੇ ਅੱਗੇ ਪ੍ਰਵਾਨ ਕਰਦੇ ਹਾਂ ਕਿ ਜਦੋਂ ਤੁਸੀਂ ਕਥਾ ਸੁਣਦੇ ਹੋ ਤਾਂ ਇਹਨੂੰ ਲਾਈਕ ਜ਼ਰੂਰ ਕਰਿਆ ਕਰੋ, ਕਮੈਂਟ ਵਿੱਚ ਵਾਹਿਗੁਰੂ ਲਿਖਿਆ ਕਰੋ, ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਕੌਣ ਸਾਡੀਆਂ ਕਥਾਵਾਂ ਸੁਣਦੇ ਨੇ, ਇਹ ਹੱਡ ਬੀਤੀਆਂ ਕੌਣ ਸੁਣ ਕੇ ਜਾਗਰੂਕ ਹੁੰਦੇ ਨੇ ਅਤੇ ਪਰਮਾਤਮਾ ਵੱਲ ਜੁੜਦੇ ਨੇ। ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ, ਧੰਨ ਧੰਨ ਅਮਰ ਸ਼ਹੀਦ ਬਾਬਾ ਨੋਦ ਸਿੰਘ ਜੀ, ਸਾਰੇ ਹੀ ਸ਼ਹੀਦ। ਜਦੋਂ ਅਸੀਂ ਸ਼ਹੀਦਾਂ ਨੂੰ ਧੰਨ ਧੰਨ ਕਹਿੰਦੇ ਹਾਂ ਤਾਂ ਸ਼ਹੀਦ ਬਹੁਤ ਖੁਸ਼ ਹੋ ਜਾਂਦੇ ਨੇ। ਸ਼ਹੀਦਾਂ ਦੀ ਕਰਨੀ ਅਤੇ ਕਥਨੀ 'ਚ ਕੋਈ ਫਰਕ ਨਹੀਂ ਹੁੰਦਾ, ਜੋ ਅਸੀਂ ਉਹਨਾਂ ਕੋਲ ਮੰਗੀਏ ਨਾ, ਉਹ ਸੱਚੇ ਪਿਤਾ ਵਾਹਿਗੁਰੂ ਭੋਲੇਪਨ 'ਚ ਸਾਨੂੰ ਸਭ ਕੁਝ ਦੇ ਦਿੰਦੇ ਨੇ। ਪਰ ਸਿਰਫ ਇੱਕ ਗੱਲ ਹੈ ਕਿ ਸਾਨੂੰ ਮੰਗਣ ਦਾ ਵੱਲ ਨਹੀਂ ਆਉਂਦਾ। ਦੇਖੋ, ਦਿਨ ਦੇ ਚਾਰ ਪਹਿਰ ਹੁੰਦੇ ਨੇ, ਕੀ ਅਸੀਂ ਇੱਕ ਪਹਿਰ ਪੂਰਾ ਵਾਹਿਗੁਰੂ ਨੂੰ ਸੌਂਪਦੇ ਹਾਂ? ਨਹੀਂ, ਬਿਲਕੁਲ ਗਲਤ ਹੈ। 5-7 ਮਿੰਟ, 10 ਮਿੰਟ, ਅੱਧਾ ਘੰਟਾ ਪਾਠ ਕਰਨ ਤੋਂ ਬਾਅਦ ਅਸੀਂ ਸੋਚ ਲੈਂਦੇ ਹਾਂ ਕਿ ਅਸੀਂ ਅੱਜ ਪਾਠ ਕੀਤਾ ਜੀ, ਮਨ 'ਚ ਨਾ ਇਹ ਹੋ ਜਾਂਦਾ ਕਿ ਮੈਂ ਪਾਠ ਕੀਤਾ ਹੈ। ਅਤੇ ਅਸੀਂ ਥੋੜ੍ਹਾ ਕੁ ਪਾਠ ਕਰਕੇ, ਥੋੜ੍ਹਾ ਕੁ ਸਮਾਂ ਗੁਰੂ ਦਾ ਨਾਮ ਜਪ ਕੇ ਐਵੇਂ ਸੋਚਦੇ ਹਾਂ ਕਿ ਪਤਾ ਨਹੀਂ ਅਸੀਂ ਗੁਰੂ ਨੂੰ ਵੀ ਸਿੱਧਾ ਹੀ ਸਾਡੀ ਗੁਰੂ ਨਾਲ ਗੱਲ ਚੱਲਦੀ ਹੈ। ਪਰ ਖਾਲਸਾ ਜੀ, ਦੁਨੀਆ 'ਤੇ ਕੁਛ ਇਹੋ ਜਿਹੇ ਮਨੁੱਖ ਵੀ ਨੇ ਜੋ ਕਿ ਜਿਨ੍ਹਾਂ ਦਾ ਹਰ ਪਹਿਰ ਵਾਹਿਗੁਰੂ ਦੇ ਵਿੱਚ ਨਿਕਲਦਾ ਹੈ, ਵਾਹਿਗੁਰੂ ਜਪਣ ਦੇ ਵਿੱਚ ਨਿਕਲਦਾ ਹੈ। ਪਰ ਹਾਂ, ਦੂਜੇ ਪਾਸੇ ਇਸ ਦੁਨੀਆ ਦੇ ਵਿੱਚ ਇਹੋ ਜਿਹੇ ਮਨੁੱਖ ਵੀ ਨੇ ਨਾ ਕਿ ਜਿਹੜੇ ਗੁਰੂ ਤੋਂ ਪੂਰੀ ਤਰ੍ਹਾਂ ਬੇਮੁੱਖ ਨੇ, ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਗੁਰੂ ਕੀ ਹੈ, ਗੁਰੂ ਤੋਂ ਮੰਗਣਾ ਕੀ ਹੈ, ਗੁਰੂ ਨੂੰ ਕਿਵੇਂ ਖੁਸ਼ ਕਰਨਾ ਹੈ ਅਤੇ ਗੁਰੂ ਅੱਗੇ ਅਰਦਾਸ ਕਿਵੇਂ ਕਰਨੀ ਹੈ। ਉਹ ਫਿਰ ਇਹੋ ਜਿਹੇ ਮਨਮੁੱਖ ਬੰਦੇ ਨਾ ਗੁਰੂ ਤੋਂ ਵਿਮੁੱਖ ਹੋ ਕੇ ਫਿਰ ਇੱਧਰ ਉੱਧਰ ਭਟਕਦੇ ਰਹਿੰਦੇ ਨੇ। ਉਹਨਾਂ ਦਾ ਭਟਕਣੇ ਦੀ ਜਿਹੜੀ ਕੰਮ ਹੈ ਨਾ, ਇਹੀ ਹੈ ਕਿ ਉਹ ਗੁਰੂ ਤੋਂ ਵਿਮੁੱਖ ਨੇ। ਜੇ ਅਸੀਂ ਗੁਰੂ ਵੱਲ ਮੁੱਖ ਕਰਾਂਗੇ, ਗੁਰੂ ਦੇ ਵੱਲ ਹੋਵਾਂਗੇ, ਤਾਂ ਗੁਰੂ ਸਾਡੇ ਆਪੇ ਕਾਜ ਸਵਾਰੇਗਾ। ਜਦ ਅਸੀਂ ਗੁਰੂ ਤੋਂ ਹੀ ਵਿਮੁੱਖ ਹਾਂ ਤਾਂ ਗੁਰੂ ਕੀ ਕਰੇਗਾ? ਇੱਦਾਂ ਤਾਂ ਕੋਈ ਵੀ ਨਹੀਂ ਕਰਦਾ ਨਾ। ਇਸ ਕਰਕੇ ਜਿੰਨਾ ਵੀ ਹੋ ਸਕੇ ਗੁਰੂ ਵਾਲੇ ਬਣੋ, ਪਾਠ ਕਰਿਆ ਕਰੋ, ਸਮੇਂ 'ਚੋਂ ਸਮਾਂ ਕੱਢ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਿਆ ਕਰੋ। ਜਦੋਂ ਤੁਸੀਂ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ ਨਾ, ਤਾਂ ਵਾਹਿਗੁਰੂ ਖੁਦ ਖੁਸ਼ ਹੋ ਜਾਂਦੇ ਨੇ, ਵਾਹਿਗੁਰੂ ਅੰਗ ਸੰਗ ਸਹਾਈ ਹੁੰਦੇ ਨੇ। ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ, ਅਤੇ ਆਪਣੇ ਬੱਚਿਆਂ 'ਤੇ ਮਿਹਰ ਭਰਿਆ ਹੱਥ ਰੱਖਦੇ ਨੇ। ਉਹਨਾਂ ਦੇ ਬੱਚੇ ਉਹਨਾਂ ਤੋਂ ਕੁਛ ਮੰਗ ਕੇ ਤਾਂ ਵੇਖਣ, ਕਦੀ ਉਹਨਾਂ ਅੱਗੇ ਅਰਜੋਈ ਬੇਨਤੀ 10 ਮਿੰਟ ਸਿਮਰਨ ਕਰਕੇ ਅਰਜੋਈ ਬੇਨਤੀ ਆਪਣੀ ਆਪਣੇ ਗੁਰੂ ਅੱਗੇ ਰੱਖ ਕੇ ਤਾਂ ਵੇਖਣ। ਅਸੀਂ ਇੱਦਾਂ ਕਰਦੇ ਹਾਂ ਕਿ ਹਾਂਜੀ ਵਾਹਿਗੁਰੂ, ਅੱਜ ਨਾ ਮੇਰਾ ਆਹ ਕੰਮ ਅੜਿਆ ਹੋਇਆ ਹੈ, ਅੱਜ ਮੇਰਾ ਆਹ ਕੰਮ ਕਰਵਾ ਦਿਓ ਬਸ। ਵਾਹਿਗੁਰੂ ਨੇ ਨਹੀਂ ਕੀਤਾ, ਜਾਂ ਵਾਹਿਗੁਰੂ ਕਰਦੇ ਨੇ, ਥੋੜ੍ਹੀ ਟਾਈਮ ਲੱਗਦਾ ਹੈ, ਥੋੜ੍ਹਾ ਕਹਿਣ ਦਾ ਢੰਗ ਹੁੰਦਾ ਹੈ। ਬਸ ਮਨਮੁੱਖ ਵਿਅਕਤੀ ਇੱਧਰ ਉੱਧਰ ਮਤਲਬ ਨਾ ਭੰਡਾਂ ਦੀ ਤਰ੍ਹਾਂ ਭੰਡਣਾ ਸ਼ੁਰੂ ਕਰ ਦਿੰਦਾ ਹੈ, ਸਾਡਾ ਕੰਮ ਨਹੀਂ ਬਣਿਆ, ਹੁਣ ਅਸੀਂ ਕਦੇ ਕਿਸੇ ਬਾਬੇ ਕੋਲ ਜਾਵਾਂਗੇ, ਕਦੇ ਕਿਸੇ ਬਾਬੇ ਕੋਲ ਜਾਵਾਂਗੇ, ਉੱਥੇ ਖੱਜਲ ਖੁਆਰ ਕਰਕੇ ਪੈਸਾ ਖਰਾਬ ਕਰਕੇ ਫਿਰ ਮੁੜ ਮੁੜ ਕੇ ਗੁਰਦੁਆਰਾ ਸਾਹਿਬ ਆਉਂਦੇ ਹਾਂ। ਅੱਜ ਤੱਕ ਮੈਂ ਤਾਂ ਕਦੇ ਨਹੀਂ ਸੁਣਿਆ ਕਿ ਕਿਸੇ ਬਾਬੇ ਨੇ ਆਹ ਕਿਹਾ ਅਤੇ ਉਹ ਬਾਬੇ ਦਾ ਕਿਹਾ ਹੋਇਆ ਸੱਚਾ ਹੋ ਗਿਆ, ਉਸ ਬਾਬੇ ਨੇ ਆਹ ਗੱਲ ਕਰਤੀ। ਨਹੀਂ ਜੀ, ਇਹ ਗੁਰੂ ਕਰਦੇ ਨੇ, ਬਸ ਥੋੜ੍ਹਾ ਟਾਈਮ ਲੈਂਦੇ ਨੇ। ਪਰ ਬੰਦੇ ਦੇ ਅੰਦਰ ਜਿਹੜੀ ਸ਼ਾਂਤੀ ਹੁੰਦੀ ਹੈ ਨਾ, ਬੰਦੇ ਦੇ ਅੰਦਰ ਜਿਹੜਾ ਸਿੱਧਕ ਹੁੰਦਾ ਹੈ ਨਾ, ਉਹ ਬੰਦੇ ਨੂੰ ਕਦੇ ਨਹੀਂ ਮਿਲਦਾ ਜਦ ਤੱਕ ਬੰਦਾ ਸਮਝ ਸੋਚ ਨਹੀਂ ਲੈਂਦਾ ਕਿ ਉਸ ਵਾਹਿਗੁਰੂ ਤੋਂ ਬਿਨਾਂ ਤਾਂ ਉਹ ਕੁਝ ਵੀ ਨਹੀਂ ਹੈ। ਜੇ ਵਾਹਿਗੁਰੂ ਦਾ ਹੁਕਮ ਹੋਏਗਾ ਤਾਂ ਇੱਕ ਘੁੱਟ ਪਾਣੀ ਦਾ
ਮੂੰਹ ਵਿੱਚ ਜਾਏਗਾ, ਨਹੀਂ ਤਾਂ ਮੂੰਹ ਦੇ ਅੰਦਰੋਂ ਗਲੇ ਤੱਕ ਨਿਕਲਣਾ ਬਹੁਤ ਔਖੀ ਪ੍ਰਕਿਰਿਆ ਹੈ। ਦੇਖੋ ਇਹ ਤਾਂ ਉਹਨਾਂ ਨੂੰ ਪਤਾ ਹੈ ਜਿਹੜੇ ਵਿਚਾਰੇ ਬਿਮਾਰ ਨੇ ਜਾਂ ਜਿਨ੍ਹਾਂ ਨੂੰ ਖਾਣਾ ਪੀਣਾ ਨਹੀਂ ਪਚਦਾ। ਅਸੀਂ ਤੰਦਰੁਸਤ ਹੁੰਦੇ ਹਾਂ, ਅਸੀਂ ਤੰਦਰੁਸਤ ਹਾਂ, ਇਹ ਵੀ ਸ਼ੁਕਰ ਕਰਿਆ ਕਰੋ ਪਰਮਾਤਮਾ ਦਾ ਕਿ ਅਸੀਂ ਤੰਦਰੁਸਤ ਹਾਂ। ਹੇ ਵਾਹਿਗੁਰੂ, ਸਾਡੇ ਕੋਲ ਦੋ ਅੱਖਾਂ, ਦੋ ਹੱਥ ਨੇ, ਦੋ ਕੰਨ ਨੇ, ਦੋ ਪੈਰ ਨੇ, ਅਸੀਂ ਚੱਲ ਫਿਰ ਸਕਦੇ ਹਾਂ, ਬਾਣੀ ਸਿਮਰ ਸਕਦੇ ਹਾਂ, ਆਪਣੇ ਕਾਜ ਆਪ ਕਰ ਸਕਦੇ ਹਾਂ, ਕਿਸੇ ਦੇ ਮੁਹਤਾਜ ਨਹੀਂ ਹੈ। ਇਹ ਵੀ ਵਾਹਿਗੁਰੂ 'ਤੇ ਸ਼ੁਕਰ ਕਰਨਾ ਚਾਹੀਦਾ ਹੈ। ਅਤੇ ਕਹਿੰਦੇ ਨੇ ਨਾ ਕਿ ਵਾਹਿਗੁਰੂ ਅੱਗੇ ਅਰਦਾਸ ਕਰੋ ਅਤੇ ਬੱਚਿਆਂ ਦੇ ਭਲੇ ਲਈ ਕਿਸੇ ਵੀ ਅਰਦਾਸ 'ਚ ਵਾਹਿਗੁਰੂ ਸੰਮਿਲਿਤ ਹੁੰਦੇ ਨੇ, ਵਾਹਿਗੁਰੂ ਸ਼ਾਮਿਲ ਹੁੰਦੇ ਨੇ ਸਾਡੀਆਂ ਖੁਸ਼ੀਆਂ 'ਚ, ਸਾਡੇ ਦੁੱਖਾਂ 'ਚ, ਸਾਡੇ ਹਰ ਇੱਕ ਕਾਜ ਵਿਹਾਰ 'ਚ। ਸਿਰਫ ਇੱਕ ਵਾਰ ਹੈ ਕਿ ਗੁਰੂ ਨੂੰ ਬੁਲਾਉਣਾ ਕਿਵੇਂ ਹੈ, ਗੁਰੂ ਨੂੰ ਆਪਣੇ ਕੋਲ ਸਹਿਜ ਕੇ ਬਿਠਾਉਣਾ ਕਿਵੇਂ ਹੈ, ਵਾਹਿਗੁਰੂ ਜੀ ਨੂੰ ਆਪਣੇ ਘਰ ਬੁਲਾਉਣਾ, ਆਪਣੇ ਘਰ ਉਸ ਦੀ ਪਾਠ ਕਰਨਾ, ਗੁਰਬਾਣੀ ਸੁਣਨੀ, ਇਹ ਵੀ ਇੱਕ ਨਾ ਖਾਲਸਾ ਜੀ ਬਹੁਤ ਵਧੀਆ ਕੰਮ ਹੈ। ਕਈ ਲੋਕ ਤਾਂ ਮਤਲਬ ਨਾ ਅਖੰਡ ਪਾਠ ਸਾਹਿਬ ਰਖਾਉਣ ਦੇ ਨਾਮ ਤੋਂ ਇੰਨਾ ਹਿਚਕਿਚਾਉਂਦੇ ਨੇ ਕਿ ਪੁੱਛੋ ਹੀ ਕੁਛ ਨਹੀਂ। ਉਹ ਕਹਿੰਦੇ ਨੇ ਕਿ ਸਾਡੇ ਕੋਲੋਂ ਬਾਬਿਆਂ ਦੀ ਸੇਵਾ ਨਹੀਂ ਹੋਣੀ, ਤਿੰਨ ਦਿਨ ਦਾ ਅਖੰਡ ਪਾਠ, ਸਿਰਫ ਜ਼ਿੰਦਗੀ ਦੇ ਵਿੱਚੋਂ ਤਿੰਨ ਦਿਨ ਜੇ ਗੁਰੂ ਲਈ ਨਹੀਂ ਕੱਢ ਸਕਦੇ, ਹੋਰ ਕੀ ਕਰਨਾ ਹੈ। ਜਦੋਂ ਮਰ ਜਾਣਾ ਹੈ ਨਾ ਤਾਂ ਕਿਸੇ ਨੇ ਚੇਤਾ ਨਹੀਂ ਕਰਨਾ, ਜੋ ਅਸੀਂ ਜੰਮ ਪਲ ਕੇ ਅਸੀਂ ਵਾਹਿਗੁਰੂ ਦਾ ਨਾਮ ਨਹੀਂ ਨਾ ਜਪਿਆ, ਤਾਂ ਸਾਡੇ ਨਾਲ ਹੋਰ ਕਿਸੇ ਚੀਜ਼ ਨੇ, ਕਿਸੇ ਸ਼ੈ, ਕੋਈ ਰਿਸ਼ਤੇਦਾਰ, ਭੈਣ ਭਰਾ, ਮਾਪੇ, ਭੂਆ, ਭਤੀਜੇ, ਕਿਸੇ ਨੇ ਵੀ ਨਹੀਂ ਜਾਣਾ ਸਾਡੇ ਨਾਲ, ਤਾਂ ਇੱਕ 3 ਮੀਟਰ ਦਾ ਕੱਪੜਾ ਜਿਹੜਾ ਕਫਨ ਦੇਣਾ ਹੈ ਨਾ, ਉਹ ਵੀ ਨਾਲ ਨਹੀਂ ਜਾਣਾ, ਉਹ ਵੀ ਸੜ ਕੇ ਇੱਥੇ ਹੀ ਸਵਾਹ ਹੋ ਜਾਣਾ ਹੈ। ਸਾਡੀ ਆਤਮਾ ਰੂਹ 'ਚੋਂ ਨਿਕਲ ਗਈ ਹੈ, ਰੂਹ ਨਿਕਲ ਗਈ ਹੈ ਸਰੀਰ ਵਿੱਚੋਂ, ਸਾਡੇ ਨਾਲ ਕੀ ਗਿਆ? ਕੁਝ ਵੀ ਨਹੀਂ ਗਿਆ, ਸਿਰਫ ਗਿਆ ਹੈ ਤਾਂ ਜੋ ਜਪਿਆ ਹੋਇਆ ਵਾਹਿਗੁਰੂ ਦਾ ਜਾਪ ਹੈ, ਜਿੰਨੇ ਤੁਸੀਂ ਪਾਠ ਕੀਤੇ ਨੇ, ਜੋ ਤੁਸੀਂ ਪ੍ਰਭੂ ਨੂੰ ਅਰਾਧਿਆ ਹੈ, ਜਿੰਨਾ ਕੁ ਸਮਾਂ, ਉਹੀ ਤੁਹਾਡੇ ਨਾਲ ਜਾਣਾ ਹੈ ਖਾਲਸਾ ਜੀ। ਇਸ ਕਰਕੇ ਬਾਣੀ ਪੜ੍ਹਿਆ ਕਰੋ, ਸਿਮਰਨ ਕਰਿਆ ਕਰੋ, ਵਾਹਿਗੁਰੂ ਦਾ ਪੈਰ ਪੈਰ 'ਤੇ ਸ਼ੁਕਰ ਕਰਿਆ ਕਰੋ। ਜੇ ਅਸੀਂ ਪੈਰ ਪੈਰ 'ਤੇ ਪਾਪ ਕਰਦੇ ਹਾਂ, ਵਾਹਿਗੁਰੂ ਸਾਨੂੰ ਮਾਫ਼ ਕਰਦੇ ਨੇ, ਪਰ ਹਾਂ ਇੱਕ ਵਾਰ ਸ਼ੁਕਰਾਨਾ ਜ਼ਰੂਰ ਕਰਿਆ ਕਰੋ। ਸਾਰੇ ਮਿਲ ਕੇ ਬੁਲਾਓ ਜੀ ਫਤਿਹ, ਵਾਹਿਗੁਰੂ ਜੀ ਦਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਦੀ ਫਤਿਹ। ਅੱਗੇ ਅਸੀਂ ਕਥਾ ਸਟਾਰਟ ਕਰਦੇ ਹਾਂ। ਕਥਾ ਇੱਕ ਭੈਣ ਹੁੰਦੀ ਹੈ ਜਿਸਦੇ ਕਿ ਬੱਚੇ ਬਹੁਤ ਹੀ ਵਧੀਆ ਤਰੀਕੇ ਨਾਲ ਪੜ੍ਹਦੇ ਹੁੰਦੇ ਹਨ ਸਕੂਲ 'ਚ, ਬੱਚੇ ਬਹੁਤ ਹੁਸ਼ਿਆਰ ਹੁੰਦੇ ਹਨ, ਅਤੇ ਦੋਵੇਂ ਬੇਟੀ ਅਤੇ ਬੇਟਾ। ਉਹ ਕਹਿੰਦੀ ਕਿ ਮੇਰੀ ਬੱਚੀ ਨਾ ਪੜ੍ਹਨ 'ਚ ਬਹੁਤ ਜ਼ਿਆਦਾ ਹੁਸ਼ਿਆਰ ਸੀ, ਬਹੁਤ ਹੀ ਸੋਹਣੇ ਸੁਨੱਖੇ ਬੱਚੇ ਸਨ, ਸਹਿਜ ਸਲੀਕੇ ਵਾਲੇ। ਕਹਿੰਦੇ ਕਿ ਉਹਨਾਂ ਨੇ ਸਕੂਲੋਂ ਆਉਣਾ ਅਤੇ ਚਲੋ ਕਦੇ ਕਦੇ ਪਾਠ ਵੀ ਕਰਨ ਬਹਿ ਜਾਣਾ, ਕਦੇ ਕਦੇ ਮੇਰੇ ਨਾਲ ਉਹਨਾਂ ਨੇ ਬੈਠ ਜਾਣਾ ਪਾਠ ਕਰਨਾ। ਅਤੇ ਉਹਨੂੰ ਕੀ ਕਹਿੰਦੇ ਕਿ ਪਾਠ ਕਰਦੇ ਹੋਏ ਉਹਨਾਂ ਨੇ ਬਹੁਤ ਮਤਲਬ ਵੀ ਮੇਰੇ ਨਾਲ ਸਤਨਾਮ ਵਾਹਿਗੁਰੂ ਜਾਪ ਕਰਨਾ, ਕਹਿੰਦੇ ਮੇਰੇ ਮਨ ਨੂੰ ਬਹੁਤ ਖੁਸ਼ੀ ਮਿਲਣੀ ਕਿ ਮੇਰੇ ਬੱਚੇ ਮੈਨੂੰ ਮੇਰੇ ਨਾਲ ਬਹਿ ਕੇ ਵਾਹਿਗੁਰੂ ਦਾ ਜਾਪ ਕਰਦੇ ਹਨ। ਕਹਿੰਦੇ ਕਿ ਬੱਚਿਆਂ ਦੇ ਪੇਪਰ ਸ਼ੁਰੂ ਹੋਣੇ ਸ਼ੁਰੂ ਹੋਏ, ਕਹਿੰਦੇ ਅਚਾਨਕ ਮੇਰੇ ਦੋਨਾਂ ਬੱਚਿਆਂ ਦੀ ਨਾ ਤਬੀਅਤ ਬਹੁਤ ਖਰਾਬ ਹੋ ਗਈ। ਪੇਪਰ ਨੇੜੇ ਸੀ, ਬੱਚਿਆਂ ਦੀ ਟੈਨਸ਼ਨ ਹੋ ਗਈ ਕਿ ਹੁਣ ਬੱਚੇ ਪੜ੍ਹਨਗੇ ਕਿਵੇਂ, ਕਿਉਂਕਿ ਬਿਮਾਰ ਬੱਚੇ ਦਾ ਤਾਂ ਮਨ ਵੀ ਨਹੀਂ ਕਰਦਾ ਕੁਝ ਕਰਨ ਨੂੰ। ਕਹਿੰਦੇ ਭੈਣ ਕਹਿੰਦੇ ਕਿ ਮੈਂ ਬਹੁਤ ਟੈਨਸ਼ਨ 'ਚ ਆ ਗਈ ਸੀ ਕਿ ਹੇ ਪਰਮਾਤਮਾ ਹੁਣ ਬੱਚਿਆਂ ਦੇ ਪੇਪਰ ਨੇ, ਬੱਚੇ ਦੋਨੇ ਹੀ ਇੱਕਦਮ ਬਿਮਾਰ ਹੋ ਗਏ, ਬੱਚੇ ਸੋਹਣੇ ਸੁਨੱਖੇ ਸਨ, ਅਤੇ ਇਹ ਵੀ ਕਿਸੇ ਦੀ ਹਾਏ ਜਾਂ ਨਜ਼ਰ ਦਾ ਹੁੰਦਾ ਹੈ ਪ੍ਰਕੋਪ, ਕਿਸੇ ਨੇ ਕਿਸ ਤਰ੍ਹਾਂ ਦੀ
ਨਾਲ ਕਿਸੇ ਨੂੰ ਨਜ਼ਰ ਲਾਈ ਹੁੰਦੀ ਹੈ ਜਾਂ ਕੁਛ ਕੀਤਾ ਹੁੰਦਾ ਹੈ। ਚਲੋ ਮਾੜਾ ਕਰਨ ਵਾਲਿਆਂ ਦੀ ਦੁਨੀਆ 'ਤੇ ਕਮੀ ਨਹੀਂ ਹੈ, ਕਿਸੇ ਦੇ ਬੱਚੇ ਨੂੰ ਰੁਜ਼ਗਾਰ ਮਿਲੇ, ਕਿਸੇ ਦਾ ਬੱਚਾ ਪ੍ਰਫੁੱਲਿਤ ਹੋਵੇ, ਕਿਸੇ ਦਾ ਬੱਚਾ ਫਸਟ ਆਵੇ ਨਾ, ਇਹ ਵੀ ਕਿਸੇ ਨੂੰ ਬਰਦਾਸ਼ਤ ਨਹੀਂ ਹੈ। ਕਿਉਂਕਿ ਅੱਜ ਕੱਲ੍ਹ ਦੁਨੀਆ 'ਤੇ ਰੰਜਿਸ਼ਬਾਜ਼ੀ, ਜਲਨ ਬਹੁਤ ਹੈ ਕਿ ਉਹਦਾ ਬੱਚਾ ਨਾ ਕਿਤੇ ਅੱਗੇ ਨਿਕਲ ਜੇ, ਮੇਰਾ ਹੀ ਨਿਕਲੇ। ਦੇਖੋ ਇਹ ਤਾਂ ਆਪਣੇ ਗੁਣਾਂ ਦੇ ਆਧਾਰ 'ਤੇ ਹੀ ਨਿਕਲਣਾ ਹੈ, ਜਿੰਨੀ ਕੁ ਉਹਦੇ ਵਿੱਚ ਸ਼ਕਤੀ ਹੈ ਜਾਂ ਜਿੰਨਾ ਕੁ ਉਹ ਪੜ੍ਹਦਾ ਹੈ ਉਹਦੇ ਹਿਸਾਬ ਨਾਲ ਹੀ ਉਹਨੇ ਪਾਸ ਫੇਲ ਆਉਣਾ ਹੈ। ਅਤੇ ਪਰ ਮਨਮੁੱਖ ਬੰਦੇ ਇਹ ਨਹੀਂ ਸਮਝਦੇ ਕਿ ਅਸੀਂ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਵੀ ਮਤਲਬ ਗੁਰਬਾਣੀ ਵੱਲ ਵੀ ਲਾਉਣਾ ਹੈ, ਅਤੇ ਬੱਚੇ ਜਿੰਨਾ ਕੁ ਹੁਨਰ ਹੋਵੇਗਾ ਉਨਾ ਹੀ ਫਲ ਮਿਲੇਗਾ ਨਾ। ਜਿੰਨਾ ਕੁ ਅਸੀਂ ਜੇ ਅਸੀਂ ਇੰਨੀ ਜ਼ਿਆਦਾ ਪੜ੍ਹਾਈ ਕਰਦੇ ਹਾਂ ਤਾਂ ਉਹਨਾਂ ਬੱਚਿਆਂ ਨੇ ਹੀ ਪਾਸ ਆਉਣਾ, ਜਿਹੜੇ ਸਾਰੇ ਦਿਨ ਘੁੰਮਦੇ ਰਹਿੰਦੇ ਉਹਨਾਂ ਬੱਚਿਆਂ ਨੇ ਤਾਂ ਨਹੀਂ ਪਾਸ ਆਉਣੇ। ਕਹਿੰਦੇ ਬੱਚਿਆਂ 'ਤੇ ਨਾ ਬੁਰੀ ਨਜ਼ਰ ਜੀ ਪੈ ਗਈ ਸੀ। ਚਲੋ ਕਹਿੰਦੇ ਬੱਚਿਆਂ 'ਤੇ ਬੁਰੀ ਨਜ਼ਰ ਪੈ ਗਈ, ਬੱਚੇ ਬਿਮਾਰ ਹੋ ਗਏ, ਕਹਿੰਦੇ ਡਾਕਟਰਾਂ ਕੋਲ ਦਵਾਈਆਂ ਲਿੱਤੀਆਂ ਬਹੁਤ ਜ਼ਿਆਦਾ, ਫਰਕ ਪੈਂਦਾ ਫਿਰ ਬਿਮਾਰ ਹੋ ਜਾਂਦੇ, ਥੋੜ੍ਹੇ ਜਿਹੇ ਦਿਨ ਠੀਕ ਰਹਿੰਦੇ ਫਿਰ ਢਿੱਲੇ ਮੱਠੇ ਚੱਲਦਾ ਰਹਿੰਦਾ ਕੰਮ। ਕਹਿੰਦੇ ਮੈਂ ਨਾ ਬਹੁਤ ਦੁਖੀ ਜੀ ਹੋ ਗਈ ਕਿ ਮੇਰੇ ਬੱਚਿਆਂ ਨੂੰ ਕੀ ਹੋ ਗਿਆ, ਇੰਨੇ ਚੰਗੇ ਬੱਚੇ ਤੰਦਰੁਸਤ ਸਨ, ਪੇਪਰ ਹੁਣ ਨੇੜੇ ਆਉਣ ਵਾਲੇ ਨੇ, ਵੀ ਪੇਪਰਾਂ 'ਚ ਪੱਕੇ ਪੇਪਰ ਹੋਣ ਵਾਲੇ ਨੇ, ਬੱਚੇ ਬਿਮਾਰ ਹੋ ਗਏ ਨੇ। ਕਹਿੰਦੇ ਬਹੁਤ ਟੈਨਸ਼ਨ 'ਚ ਹੋ ਗਈ, ਕਹਿੰਦੇ ਮੈਂ ਗੁਰਦੁਆਰਾ ਸਾਹਿਬ ਜਾਣਾ, ਮੈਂ ਅਰਦਾਸ ਕਰਨੀ, ਲੋਕਾਂ ਨੇ ਮੈਨੂੰ ਇੱਧਰ ਉੱਧਰ ਪੰਡਤਾਂ ਵੱਲ ਵੀ ਦੱਸਣਾ ਵੀ ਤੁਸੀਂ ਉੱਧਰ ਜਾਓ, ਉੱਧਰ ਸਾਹ ਦੇ, ਉੱਧਰ ਜਾਓ, ਉੱਧਰ ਲੈ ਕੇ ਜਾਓ, ਬੱਚੇ ਨੂੰ ਫਾਂਡਾ ਕਰਾ ਲਓ, ਬੱਚੇ ਨੂੰ ਕਦੀ ਕੁਛ ਕਰਾ ਲਓ। ਕਹਿੰਦੇ ਮੇਰਾ ਮਨ ਨਾ ਮੰਨਣਾ, ਕਿਉਂਕਿ ਮੈਂ ਸ਼ੁਰੂ ਤੋਂ ਹੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਾਠ ਕਰਦੀ ਸੀ, ਗੁਰਦੁਆਰਾ ਸਾਹਿਬ ਜਾਂਦੇ ਸੀ, ਜਿਹੜੀ ਵੀ ਕੋਈ ਦੁੱਖ ਤਕਲੀਫ ਹੁੰਦੀ ਸੀ ਕਹਿੰਦੇ ਮੈਂ ਉੱਥੇ ਜਾ ਕੇ ਆਪਣੀ ਬਾਬਾ ਜੀ ਨੂੰ ਸੁਣਾਉਂਦੀ, ਬਾਬਾ ਜੀ ਮੇਰੇ ਦੁੱਖ ਸੁਣਦੇ, ਅਤੇ ਚਲੋ ਅਰਦਾਸ ਕਰਵਾਈ ਆਪਣੇ ਬੱਚਿਆਂ ਦੇ ਨਾਮ ਦੀ, ਅਤੇ ਮੇਰੇ ਮਤਲਬ ਬੱਚਿਆਂ 'ਚ ਫਰਕ ਪੈ ਜਾਂਦਾ, ਕੋਈ ਵੀ ਕਾਰਜ ਮੇਰਾ ਅਧੂਰਾ ਰਹਿੰਦਾ ਉਹ ਪੂਰਾ ਹੋ ਜਾਂਦਾ, ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ। ਕਹਿੰਦੇ ਪਰ ਮੈਂ ਕਦੇ ਨਾ ਉਹਨਾਂ ਦੇ ਅਸਥਾਨੇ 'ਤੇ ਨਹੀਂ ਗਈ ਸੀ, ਮੈਂ ਘਰ ਹੀ ਬਾਬਾ ਜੀ ਦਾ ਨਮਸਕਾਰਾ ਕਰਦੀ, ਸ਼ੁਕਰਾਨਾ ਕਰਦੀ, ਅਰਦਾਸ ਕਰਦੀ। ਕਹਿੰਦੇ ਪਰ ਮੇਰੀ ਬੜੀ ਤਮੰਨਾ ਹੋਈ ਕਿ ਹੁਣ ਮੈਨੂੰ ਕਾਫੀ ਚਿਰ ਹੋ ਗਿਆ ਹੈ, ਮੈਂ ਕਦੇ ਬਾਬਾ ਦੀਪ ਸਿੰਘ ਜੀ ਦੇ ਅਸਥਾਨੇ 'ਤੇ ਨਹੀਂ ਗਈ। ਮੈਂ ਸੁਣਿਆ ਹੈ ਅੰਮ੍ਰਿਤਸਰ ਹੋ ਕੇ ਆ ਜੀ ਦਾ ਹੈ, ਪਰ ਮੈਂ ਉਸ ਅਸਥਾਨੇ 'ਤੇ ਕਦੇ ਨਹੀਂ ਗਈ। ਕਹਿੰਦੇ ਉਸ ਭੈਣ ਨੇ ਨਾ ਮਨ ਬਣਾਇਆ ਕਿ ਮੈਂ ਹੁਣ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਅਸਥਾਨੇ 'ਤੇ ਜਾ ਕੇ ਜੋਤ ਵਿੱਚ ਘਿਓ ਵੀ ਪਾਉਣਾ ਹੈ, ਅਤੇ ਮੈਂ ਚੁਪਹਿਰਾ ਸਾਹਿਬ ਵੀ ਕੱਟਣਾ ਹੈ, ਇੱਕ ਵਾਰ ਵੇਖਾਂ ਤਾਂ ਸਹੀ ਕਿ ਮੇਰੇ ਕੋਲ ਕੱਟਿਆ ਵੀ ਜਾਂਦਾ ਹੈ ਕਿ ਨਹੀਂ, ਮੈਂ ਇੰਨੇ ਗੁਣਾਂ ਵਾਲੀ ਹੈਗੀ ਹਾਂ ਕਿ ਨਹੀਂ, ਜਾਂ ਮੇਰੀ ਇੰਨੀ ਔਕਾਤ ਹੈ ਕਿ ਮੈਂ ਵਾਹਿਗੁਰੂ ਦੇ ਦਰ 'ਤੇ ਜਾਵਾਂ। ਜੇ ਕਿਸਮਤ ਬਿਨਾਂ ਭਾਗਾਂ ਬਿਨਾਂ ਸਤਸੰਗ ਨਾ ਲੱਭੇ, ਇਹ ਤਾਂ ਤੁਸੀਂ ਸੁਣਿਆ ਹੀ ਹੋਏਗਾ, ਜੇ ਕਿਸਮਤ 'ਚ ਹੈ ਨਾ ਤੁਸੀਂ ਕਿ ਸਤਸੰਗ ਕਿਤੇ ਵੀ ਚੱਲਦਾ ਹੋਵੇ ਨਾ, ਤੁਸੀਂ ਉਹ ਵੀ ਆਨੰਦ ਲੈ ਸਕਦੇ ਹੋ ਉਸਦਾ, ਉਸਨੂੰ ਸੁਣ ਸਕਦੇ ਹੋ। ਪਰ ਜੇ ਕਿਸਮਤ 'ਚ ਨਹੀਂ ਨਾ, ਤਾਂ ਘਰ ਦੇ ਨਾਲ ਵਾਲੀ ਕੰਧ ਵਿੱਚ ਵੀ ਗੁਰਦੁਆਰਾ ਸਾਹਿਬ ਹੈ ਨਾ, ਤਾਂ ਮਨਮੁੱਖ ਬੰਦੇ ਮੱਥਾ ਟੇਕਣ ਕਦੇ ਨਹੀਂ ਆਉਂਦੇ, ਜੇ ਗੁਰੂ ਦੀ ਆਗਿਆ ਨਾ ਹੋਵੇ, ਜੇ ਗੁਰੂ ਖੁਦ ਨਾ ਬੁਲਾਵੇ। ਜੇ ਸਾਡੇ ਨਾਲ ਪਿਆਰ ਹੈ ਤਾਂ ਗੁਰੂ ਸਾਨੂੰ ਬੁਲਾਉਂਦਾ ਹੈ, ਅਸੀਂ ਜਾਂਦੇ ਹਾਂ, ਗੁਰੂ ਦਾ ਨਮਸਕਾਰ ਕਰਦੇ ਹਾਂ, ਅਤੇ ਫਲ ਵੀ ਬਹੁਤ ਪਾਉਂਦੇ ਹਾਂ। ਕਦੇ ਵੀ ਦੇਖ ਲਿਓ, ਕੋਈ ਵੀ ਬੰਦਾ ਸਵੇਰੇ ਤੜਕੇ ਉੱਠ ਕੇ ਗੁਰੂ ਦਾ ਨਾਮ ਲੈਂਦਾ ਹੈ, ਬਾਣੀ ਪੜ੍ਹਦਾ ਹੈ, ਉਹਦੇ ਕਾਜ ਵਿਹਾਰ ਪਰਮਾਤਮਾ ਆਪ ਹੀ ਸਵਾਰਦਾ ਹੈ, ਉਹਦੇ ਅੰਗ ਸੰਗ ਹੋ ਕੇ ਪਰਮਾਤਮਾ ਉਹਦੇ ਕਾਜ ਵਿਹਾਰ ਸਾਰੇ ਕਰ ਦਿੰਦਾ ਹੈ। ਕਹਿੰਦੇ ਉਹ ਭੈਣ ਨੇ ਘਰ ਆਪਣੀ ਸਲਾਹ ਕੀਤੀ, ਉਹ ਬੱਚਿਆਂ ਨੂੰ ਲੈ ਕੇ ਸ਼ਨੀਵਾਰ ਹੀ ਰਾਮਦਾਸ ਗੁਰੂ ਦੇ ਦੁਆਰੇ ਚਲੇ ਗਈ, ਅੰਮ੍ਰਿਤਸਰ ਚਲੇ ਗਈ। ਕਹਿੰਦੇ ਉੱਥੇ ਰਾਤ ਰਹੇ, ਪ੍ਰਸ਼ਾਦਾ ਛਕਿਆ, ਸਰੋਵਰ 'ਚ ਇਸ਼ਨਾਨ ਕੀਤਾ, ਦੁੱਖ ਭੰਜਨੀ ਬੇਰੀਏ ਥੱਲੇ ਰਾਤ ਭਰ ਸਿਮਰਨ ਚੱਲਦਾ ਰਿਹਾ। ਤੜਕੇ 2:30 ਵਜੇ ਫਿਰ ਕਹਿੰਦੇ ਉੱਠੇ, ਇਸ਼ਨਾਨ ਕੀਤਾ, ਅਤੇ ਚਲੋ ਬੱਚਿਆਂ ਨੂੰ ਪੰਜ ਇਸ਼ਨਾਨਾ ਕਰਾਇਆ, ਬੱਚੇ ਬਿਮਾਰ ਸਨ। ਕਹਿੰਦੇ ਸਵੇਰੇ ਫਿਰ ਉਸ ਤੋਂ ਬਾਅਦ 10:30-10 ਵਜੇ ਬਾਬਾ ਦੀਪ ਸਿੰਘ ਦੇ ਸਥਾਨੇ ਵੱਲ ਚਲੇ ਗਏ। ਅੰਮ੍ਰਿਤਸਰ ਤੋਂ ਬਾਬਾ ਦੀਪ ਸਿੰਘ ਦਾ ਸਥਾਨ ਸਿਰਫ 10 ਮਿੰਟਾਂ ਦੀ ਰਾਹ 'ਚ ਹੈ।
ਉੱਥੇ ਬੰਦਾ ਪੈਦਲ ਤੁਰ ਕੇ ਜਾ ਸਕਦਾ, ਜਿਨ੍ਹਾਂ ਨੂੰ ਪਤਾ ਹੈ, ਅਤੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਆਟੋ ਦੁਆਰਾ ਜਾਂਦੇ ਨੇ। ਚਲੋ ਕਹਿੰਦੇ ਉੱਥੇ ਗਏ, ਪਹਿਲੀ ਵਾਰ ਮੱਥਾ ਟੇਕਿਆ, ਜੋਤ ਜਗਦੀ ਪਈ ਸੀ ਬਹੁਤ ਵਧੀਆ, ਜੋਤ ਵਿੱਚ ਘਿਓ ਪਾਇਆ, ਮੱਥਾ ਬੱਚਿਆਂ ਦੇ ਮੱਥਿਆਂ ਨੂੰ ਲਾਇਆ ਘਿਓ ਕਿ ਪਰਮਾਤਮਾ ਅਰਜੋਈ ਬੇਨਤੀ ਕਰਦੇ ਹਾਂ ਸੱਚੇ ਪਾਤਸ਼ਾਹ ਭੋਲੇਪਨ 'ਚ ਜੇ ਕੋਈ ਗਲਤੀ ਹੋ ਗਈ ਮਾਫ਼ ਕਰਨਾ, ਮੇਰੇ ਬੱਚਿਆਂ ਨੂੰ ਸਬੁੱਧੀ ਬਖਸ਼ਣਾ, ਇਹਨਾਂ ਨੂੰ ਤੰਦਰੁਸਤ ਕਰਨਾ। ਕਹਿੰਦੇ ਉੱਥੇ ਫਿਰ ਅਸੀਂ ਤਿੰਨੋਂ ਚਾਰੋਂ ਜਾਣੇ ਬੈਠੇ, ਅਸੀਂ ਚੁਪਹਿਰਾ ਸਾਹਿਬ ਕੱਟਿਆ, ਬੈਠੇ ਅਸੀਂ। ਬਹੁਤ ਮੁਸ਼ਕਿਲ ਸੀ ਬੱਚਿਆਂ ਦਾ ਬੈਠਣਾ ਕਿਉਂਕਿ ਬਿਮਾਰ ਸੀ, ਉੱਪਰੋਂ ਥੋੜ੍ਹੀ ਜਿਹੀ ਗਰਮੀ ਵੀ ਬਹੁਤ ਜ਼ਿਆਦਾ ਸੀ।